उधरों गड्डी आई जी, जी मेरा भाई खड़ा रही है गुरुद्वारे, उधरों गड्डी आई पांच छे जने दी, उहदे विच पहला उन्होंने गड्डी उहदे विच मारी, फिर ये आप मतलब उवें पांच छे जने दी वो मेरा उन्होंने वड्डिया। ਕਿਵੇਂ ਕੁੱਟਿਆ ਜੀ ਉਹਨਾਂ ਨੂੰ? ਉਹਨਾਂ ਨੇ ਜੀ ਮਤਲਬ ਉਹਨਾਂ ਕੋਲ ਹੱਦਾ ਰਹੀ ਹੈ ਉਵੇਂ ਮਤਲਬ ਡੰਡੇ ਰਹੀ ਹੈ, ਉਹਨਾਂ ਨੇ ਪੂਰਾ ਵੱਢਿਆ ਜੀ ਉਹ, ਮਤਲਬ ਹੁਣ ਸੀਰੀਅਸ ਹੋਇਆ ਪਿਆ ਜੀ ਉਹ। ਮਤਲਬ ਤੁਹਾਡੇ ਭਾਈ ਹੁਣ ਕਿੱਥੇ ਦਾਖਲ ਆ ਜੀ? ਹਾਂਜੀ ਪੋਲੋ ਦੇ ਦਾਖਲ ਆ ਜੀ। ਕੀ ਹਾਲਤ ਕੀ ਆ ਉਹਦੀ? ਹਾਲਤ ਮਤਲਬ ਜਮਾਂ ਹੀ ਸੀਰੀਅਸ ਆ ਜੀ, ਅਸੀਂ ਮਤਲਬ ਇੱਕ ਰਨ ਨਹੀਂ ਸਾਡੇ, ਜਮਾਂ ਹੀ ਸੀਰੀਅਸ। ਕੀ ਕਾਰਨ ਹਮਲਾ ਕਿਉਂ ਕੀਤਾ ਕੋਈ ਪਤਾ ਲੱਗਿਆ? ਐਵੇਂ ਕੁਛ ਵੀ ਨਹੀਂ ਪਤਾ ਜੀ। ਹੁਣ ਪੁਲਿਸ ਕੋਲ ਸ਼ਿਕਾਇਤ ਕੀਤੀ ਤੁਸੀਂ? ਹਾਂਜੀ ਕੀਤੀ ਆ ਜੀ। ਕੀ ਮੰਗ ਕਰਦੇ ਹੋ ਜੀ? ਅਸੀਂ ਕਹਿੰਦੇ ਆ ਬਾਈ ਮਤਲਬ ਸਾਡੇ ਭਾਈ ਨੂੰ ਇਨਸਾਨ ਮਿਲੇ। ਉੱਥੇ ਨਾ ਕੋਈ ਬੰਦੇ ਖੜ੍ਹੇ ਸੀ ਆਪਣੇ ਜਿਹੜਾ ਸ਼ੀਸ਼ੇ ਵਾਲਾ ਗੁਰਦੁਆਰਾ ਉਹਦੇ ਪਾਸ ਪਾਣੀ ਪੂਣੀ ਕੂਲਣ ਲੱਗਿਆ ਅਤੇ ਕੋਈ ਬੰਦੇ ਆਏ ਸੀ ਚਾਰ, ਉਹਨਾਂ ਨੇ ਆ ਕੇ ਉਹਨਾਂ 'ਤੇ ਗੱਡੀ ਚਾੜ੍ਹਤੀ, ਕੋਈ ਦੋ ਤਿੰਨ ਬੰਦਿਆਂ ਦੇ ਸੱਟਾਂ ਲੱਗੀਆਂ ਨੇ ਅਤੇ ਇੱਕ ਬੰਦਾ ਉਹਨਾਂ ਕੋਲ ਪੋਲੋ ਹਸਪਤਾਲ ਦਾਖਲ ਆ ਅਤੇ ਅਸੀਂ ਉਹਦਾ ਬਿਆਨ ਲਿਖ ਕੇ ਅੱਜ ਜੋ ਕਾਰਵਾਈ ਬਣਦੀ ਆ ਉਹ ਅਮਲ 'ਚ ਲਿਆ। ਕੀ ਮਾਮਲਾ ਲੱਗਦਾ ਜੀ, ਕਿਉਂ ਗੱਡੀ 'ਚ ਪੈ ਗਈ? ਇਹ ਗੱਡੀ ਦੇ ਵਿੱਚ ਇਹਨਾਂ ਦੀ ਪਹਿਲਾਂ ਚੱਲਦੀ ਆ ਤਸ਼ਰਬਾਜ਼ੀ ਆਪਸ ਵਿੱਚ ਹੀ ਦੋ ਗਰੁੱਪਾਂ ਦੀ, ਇੱਕ ਮੁੰਡਾ ਹੈਗਾ ਜੀ ਇਹਦੇ ਵਿੱਚ ਗੋਲੀ ਉਹ ਜਨਾਬ ਦਾ ਰਹਿਣ ਵਾਲਾ, ਇੱਕ ਬੂਹੀ ਗਰੁੱਪ ਆ ਇਹ ਰਾਜਗੜ੍ਹ ਦਾ ਰਹਿਣ ਵਾਲਾ, ਪਹਿਲਾਂ ਵੀ ਇਹਦੇ ਉਹਨਾਂ ਦੇ ਬੂਹੀ ਉਹਨਾਂ ਦੇ ਖਿਲਾਫ ਉਹਨਾਂ ਵਾਲਾ ਗੋਲੀ ਨੇ ਪਰਚਾ ਦਰਜ ਕਰਾਇਆ ਸਾਡੇ ਕੋਲ 326 ਦਾ। ਕਿੰਨੀ ਸੱਟ ਲੱਗੀ ਬੰਦੇ ਦੇ ਦਾਖਲ? ਸੱਟ ਸੀਰੀਅਸ ਆ ਜੀ, ਸੀਰੀਅਸ ਆ। ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ ਆ ਰਹੀ? ਮੈਂ ਹੁਣ ਉੱਥੇ ਚੱਲੇ ਜੀ, ਆਪ ਰਾਤ ਵੀ ਗਿਆ ਸੀਗਾ, ਰਾਤ ਅਨਪੁੱਟ ਸੀ ਬੰਦਾ, ਹੁਣ ਫਿਰ ਚੱਲਿਆ ਉੱਥੇ ਜੋ ਕਾਰਵਾਈ ਬਣਦੀ ਆ ਉਹ। ਉਧਰੋਂ ਗੱਡੀ ਆਈ ਜੀ, ਜੀ ਮੇਰਾ ਭਾਈ ਖੜ੍ਹਾ ਰਹੀ ਹੈ ਗੁਰਦੁਆਰੇ, ਉਧਰੋਂ ਗੱਡੀ ਆਈ ਪੰਜ ਛੇ ਜਣੇ ਦੀ, ਉਹਦੇ ਵਿੱਚ ਪਹਿਲਾਂ ਉਹਨਾਂ ਨੇ ਗੱਡੀ ਉਹਦੇ ਵਿੱਚ ਮਾਰੀ, ਫਿਰ ਇਹ ਆਪ ਮਤਲਬ ਉਵੇਂ ਪੰਜ ਛੇ ਜਣੇ ਦੀ ਉਹ ਮੇਰਾ ਉਹਨਾਂ ਨੇ ਵੱਢਿਆ। ਕਿਵੇਂ ਕੁੱਟਿਆ ਜੀ ਉਹਨਾਂ ਨੂੰ? ਉਹਨਾਂ ਨੇ ਜੀ ਮਤਲਬ ਉਹਨਾਂ ਕੋਲ ਹੱਦਾ ਰਹੀ ਹੈ ਉਵੇਂ ਮਤਲਬ ਡੰਡੇ ਰਹੀ ਹੈ, ਉਹਨਾਂ ਨੇ ਪੂਰਾ ਵੱਢਿਆ ਜੀ ਉਹ, ਮਤਲਬ ਹੁਣ ਸੀਰੀਅਸ ਹੋਇਆ ਪਿਆ ਜੀ ਉਹ। ਮਤਲਬ ਤੁਹਾਡੇ ਭਾਈ ਹੁਣ ਕਿੱਥੇ ਦਾਖਲ ਆ ਜੀ? ਹਾਂਜੀ ਪੋਲੋ ਦੇ ਦਾਖਲ ਆ ਜੀ। ਕੀ ਹਾਲਤ ਕੀ ਆ ਉਹਦੀ? ਹਾਲਤ ਮਤਲਬ ਜਮਾਂ ਹੀ ਸੀਰੀਅਸ ਆ ਜੀ, ਅਸੀਂ ਮਤਲਬ ਇੱਕ ਰਨ ਨਹੀਂ ਸਾਡੇ, ਜਮਾਂ ਹੀ ਸੀਰੀਅਸ। ਕੀ ਕਾਰਨ ਹਮਲਾ ਕਿਉਂ ਕੀਤਾ ਕੋਈ ਪਤਾ ਲੱਗਿਆ? ਐਵੇਂ ਕੁਛ ਵੀ ਨਹੀਂ ਪਤਾ ਜੀ। ਹੁਣ ਪੁਲਿਸ ਕੋਲ ਸ਼ਿਕਾਇਤ ਕੀਤੀ ਤੁਸੀਂ? ਹਾਂਜੀ ਕੀਤੀ ਆ ਜੀ। ਕੀ ਮੰਗ ਕਰਦੇ ਹੋ ਜੀ? ਅਸੀਂ ਕਹਿੰਦੇ ਆ ਬਾਈ ਮਤਲਬ ਸਾਡੇ ਭਾਈ ਨੂੰ ਇਨਸਾਨ ਮਿਲੇ। ਉੱਥੇ ਨਾ ਕੋਈ ਬੰਦੇ ਖੜ੍ਹੇ ਸੀ ਆਪਣੇ ਜਿਹੜਾ ਸ਼ੀਸ਼ੇ ਵਾਲਾ ਗੁਰਦੁਆਰਾ ਉਹਦੇ ਪਾਸ ਪਾਣੀ ਪੂਣੀ ਕੂਲਣ ਲੱਗਿਆ ਅਤੇ ਕੋਈ ਬੰਦੇ ਆਏ ਸੀ ਚਾਰ, ਉਹਨਾਂ ਨੇ ਆ ਕੇ ਉਹਨਾਂ 'ਤੇ ਗੱਡੀ ਚਾੜ੍ਹਤੀ, ਕੋਈ ਦੋ ਤਿੰਨ ਬੰਦਿਆਂ ਦੇ ਸੱਟਾਂ ਲੱਗੀਆਂ ਨੇ ਅਤੇ ਇੱਕ ਬੰਦਾ ਉਹਨਾਂ ਕੋਲ ਪੋਲੋ ਹਸਪਤਾਲ ਦਾਖਲ ਆ ਅਤੇ ਅਸੀਂ ਉਹਦਾ ਬਿਆਨ ਲਿਖ ਕੇ ਅੱਜ ਜੋ ਕਾਰਵਾਈ ਬਣਦੀ ਆ ਉਹ ਅਮਲ 'ਚ ਲਿਆ। ਕੀ ਮਾਮਲਾ ਲੱਗਦਾ ਜੀ, ਕਿਉਂ ਗੱਡੀ 'ਚ ਪੈ ਗਈ? ਇਹ ਗੱਡੀ ਦੇ ਵਿੱਚ ਇਹਨਾਂ ਦੀ ਪਹਿਲਾਂ ਚੱਲਦੀ ਆ ਤਸ਼ਰਬਾਜ਼ੀ ਆਪਸ ਵਿੱਚ ਹੀ ਦੋ ਗਰੁੱਪਾਂ ਦੀ, ਇੱਕ ਮੁੰਡਾ ਹੈਗਾ ਜੀ ਇਹਦੇ ਵਿੱਚ ਗੋਲੀ ਉਹ ਜਨਾਬ ਦਾ ਰਹਿਣ ਵਾਲਾ, ਇੱਕ ਬੂਹੀ ਗਰੁੱਪ ਆ ਇਹ ਰਾਜਗੜ੍ਹ ਦਾ ਰਹਿਣ ਵਾਲਾ, ਪਹਿਲਾਂ ਵੀ ਇਹਦੇ ਉਹਨਾਂ ਦੇ ਬੂਹੀ ਉਹਨਾਂ ਦੇ ਖਿਲਾਫ਼ ਉਹਨਾਂ ਵਾਲਾ ਗੋਲੀ ਨੇ ਪਰਚਾ ਦਰਜ ਕਰਾਇਆ ਸਾਡੇ ਕੋਲ 326 ਦਾ। ਕਿੰਨੀ ਸੱਟ ਲੱਗੀ ਹੈ ਬੰਦੇ ਦੇ ਦਾਖਲ? ਸੱਟ ਸੀਰੀਅਸ ਆ ਜੀ, ਸੀਰੀਅਸ ਆ। ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ ਆ ਰਹੀ? ਮੈਂ ਹੁਣ ਉੱਥੇ ਚੱਲੇ ਜੀ, ਆਪ ਰਾਤ ਵੀ ਗਿਆ ਸੀਗਾ, ਰਾਤ ਅਨਪੁੱਟ ਸੀ ਬੰਦਾ, ਹੁਣ ਫਿਰ ਚੱਲਿਆ ਉੱਥੇ ਜੋ ਕਾਰਵਾਈ ਬਣਦੀ ਆ ਉਹ ਜੋ ਕਾਰਵਾਈ ਬਣ ਕੇ ਲਿਆ।